ਜੇ ਮੈਂ ਅੱਜ ਦੇ ਟਾਈਮ ਗੱਲ ਕਰਾਂ ਕਿ ਲੋਕਾਂ ਦਾ ਵੋਟਾਂ ਦੇ ਨਾਲ ਹੱਲ ਹੋ ਜੂਗਾ, ਚਾਹੇ ਉਹ ਸਰਪੰਚੀ ਦੀਆਂ ਵੋਟਾਂ ਹੋਣ, ਚਾਹੇ MLA ਦੀਆਂ ਹੋਣ, MP ਦੀਆਂ ਹੋਣ, ਜਾਂ ਜੋ ਵੀ ਜਿੰਨੀਆਂ ਵੀ ਜਿੰਨੇ ਟਾਈਪ ਦੀਆਂ ਵੀ ਵੋਟਾਂ ਪੈਂਦੀਆਂ ਨੇ, ਕਿ ਉਹਨਾਂ ਨਾਲ ਦੁਨੀਆ ਦਾ ਹੱਲ ਨਹੀਂ ਹੋਣਾ। ਅਲਟੀਮੇਟ ਤਾਂ ਲੋਕਾਂ ਨੂੰ ਪੈਸਾ ਚਾਹੀਦਾ, ਪੈਸੇ ਲਈ ਬਿਜ਼ਨਸ ਬਹੁਤ ਜ਼ਰੂਰੀ ਨੇ, ਕੰਮ ਬਹੁਤ ਜ਼ਰੂਰੀ ਨੇ, ਕਾਰੋਬਾਰ ਬਹੁਤ ਜ਼ਰੂਰੀ ਨੇ। ਉਹਦੇ ਲਈ ਨਵੇਂ ਤੋਂ ਨਵੇਂ ਤਰੀਕੇ, ਢੰਗ ਤਰੀਕੇ ਲੋਕਾਂ ਨੂੰ ਕ੍ਰੀਏਟ ਕਰਨੇ ਪੈਣੇ ਆ, ਪੈਦਾ ਕਰਨੇ ਪੈਣੇ ਆ, ਅਤੇ ਉਹਦੇ ਨਾਲ ਪੈਸਾ ਵਧੂਗਾ, ਫਿਰ ਪੈਸਾ ਟੈਕਸ ਦੇ ਰੂਪ ਵਿੱਚ ਸਰਕਾਰ ਕੋਲ ਜਾਊਗਾ, ਫਿਰ ਸਰਕਾਰ ਤੋਂ ਉਹਦੇ ਵਿੱਚ 20% ਮੰਨ ਕੇ ਚੱਲੋ ਘਾਟਾ ਵਾਧਾ ਕਰਕੇ, ਉਹਦੇ ਤੋਂ ਫਿਰ ਅੱਗੇ ਹੇਠਾਂ ਨੂੰ ਪੈਸਾ ਆਉਂਦਾ ਹੈਗਾ, ਜਿਹੜਾ ਤੁਹਾਡੇ ਸਰਕਾਰ ਦੇ ਖਰਚੇ ਹੁੰਦੇ ਆ, ਜਿੰਨਾ ਸਰਕਾਰੀ ਸੰਸਾਧਨ ਹੈਗੇ ਆ ਚਲਾਉਣ ਦੇ ਲਈ, ਉਹ ਪੈਸਾ ਰੱਖਿਆ ਜਾਂਦਾ, ਬਾਕੀ ਫਿਰ ਲੋਕਾਂ 'ਚ ਡਿਸਟ੍ਰੀਬਿਊਟ ਹੁੰਦਾ। ਜਿਹੜਾ ਵੀ MLAs, MPs, ਸਰਪੰਚਾਂ, ਜਿਹੜੇ ਹਰ ਟਾਈਪ ਦੇ ਇਲੈਕਸ਼ਨ ਟਾਈਪ ਹੁੰਦੇ ਆ, ਉਹਨਾਂ ਨੂੰ ਪੈਸਾ ਜਾਂਦਾ, ਪਰ ਉਹਦੇ ਨਾਲ ਦੁਨੀਆ ਦਾ, ਲੋਕਾਂ ਦਾ, ਪੰਜਾਬ ਦੇ ਲੋਕਾਂ ਦਾ ਹੱਲ ਨਹੀਂ ਹੋਣਾ, ਕਿਉਂਕਿ ਤੁਹਾਨੂੰ ਜ਼ਿਆਦਾ ਪੈਸਾ ਚਾਹੀਦਾ। ਜੇ ਮੈਂ ਗੱਲ ਕਰਾਂ ਪੰਜਾਬ ਦੇ ਲੋਕਾਂ ਨੂੰ, ਤਾਂ ਮੇਰੇ ਹਿਸਾਬ ਨਾਲ ਪੰਜਾਬ ਦੀ ਇਕੋਨਮੀ $3 trillion ਦੀ ਚਾਹੀਦੀ ਆ। ਅੱਜ ਕਿੰਨੀ ਹੈ? 6 lakh crore, ਕੁਛ ਵੀ ਨਹੀਂ ਹੈਗਾ। ਜੇ ਮੈਂ ਗੱਲ ਕਰਾਂ ਪੰਜਾਬ ਦਾ ਜਿਹੜਾ ਕਾਰੋਬਾਰ ਹੈ ਉਹ ਬਹੁਤ ਘੱਟ ਹੈ, ਉਹਦੇ ਹਿਸਾਬ ਨਾਲ ਪੈਸਾ ਬਹੁਤ ਘੱਟ ਹੈ, ਅਤੇ ਫਿਰ ਲੋਕਾਂ ਕੋਲ ਪ੍ਰੋਪਰ ਪੈਸਾ ਹੈ ਹੀ ਨਹੀਂ, ਦੇਸ਼ ਦੇ ਵਿੱਚ ਤੁਹਾਡੇ ਪੈਸਾ ਹੀ ਨਹੀਂ ਹੈਗਾ, ਭੱਜੇ ਫਿਰੋ ਜਿੰਨਾ ਮਰਜ਼ੀ ਕੰਮ ਕਰ ਲਓ, ਤੁਹਾਨੂੰ ਪੈਸਾ ਨਹੀਂ ਮਿਲੂਗਾ। ਪੈਸਾ ਤੁਹਾਨੂੰ ਤਾਂ ਹੀ ਮਿਲੂਗਾ ਜੇ ਤੁਹਾਡੇ ਸਿਸਟਮ ਦੇ ਵਿੱਚ ਪੈਸੇ ਹੋਣਗੇ। ਜੇ ਸਿਸਟਮ ਦੇ ਵਿੱਚ ਪੈਸੇ ਹੈ ਨਹੀਂ ਤਾਂ ਤੁਹਾਨੂੰ ਪੈਸੇ ਦੇਊਗਾ ਕੌਣ? ਜਿੰਨਾ ਟਾਈਮ ਤੁਸੀਂ ਵਧੀਆ ਵਧੀਆ ਕੰਮ ਨਹੀਂ ਕਰਦੇ, ਹਰ ਇੱਕ ਚੀਜ਼ ਤੁਹਾਡੀ ਪੈਸੇ 'ਚ ਨਹੀਂ ਜਾਂਦੀ, ਤੁਹਾਡਾ ਇੱਕ ਇੱਕ ਮਿੰਟ ਨਹੀਂ ਵਿਕਦਾ ਪੈਸੇ 'ਚ, ਲੋਕਾਂ ਦੀ ਵੀ, ਮੈਂ ਆਮ ਲੋਕਾਂ ਦੀ ਗੱਲ ਕਰ ਰਿਹਾ, ਉਹਨਾਂ ਟਾਈਮ ਲੋਕਾਂ ਦੀ ਤਰੱਕੀ ਨਹੀਂ।